अज घैंट जा गजरेला बनायो दुध पाता विच 2 किलो दुध 2 किलो गाजरां छिलनियां कदों आ पहले खोआ बनाई ना पिछली बारी तू बहुत जुलूस काका खोए का ये हलवाई जेड़ा वा कच्चा वा काम है हलवाई पर कच्चा हूं देखी तू आज आज नहीं जुलूस आज पक्का हलवाई बन जा नहीं तो मैं हलवाई तेनू बना दू ओदा नहीं पता मेनू सारा पता मां पे बना देखी तू आज इना वधिया मस्त गजरेला बनाऊंगा उंगला चट दे रह जा उंगला खाना चमचिया ना वा पर अपने वीर हलवाई साहब भाई साहब भाई जसकरण सिंह जी खोआ मारदे पए ने तू पग दे पेच लाए ऐदा ही गल्ला लाई जानगा तेनू गल्ला लाई जानगा गल्ला किथे मेरे ते गल्ला पहले लगियां बीबी ने गाइस गजरेला खाना गाजरां रेडी आप पट के लिया ही ना ठीक है 2 किलो गाजरां वा तो 2 किलो दुध आ खंड पता नहीं किन्नी पैनी भाई साहब तुहानू पता इन्ना नहीं है खा सिख सुख के आए आ तो खंड पर किन्नी पैनी है इन्ना नहीं पता तू फिर कादा हलवाई तू अच्छा पता नहीं तो अच्छा कहिंदा गल ही नहीं आई आ को कहिंदा अच्छा अच्छा मान लो कड़े ओ कदा बैठना मौका ले हां हाय बेचारी नानी मां आ गया हाल जी घंटा बन्ने कर हलवाइया जल्दी करया कर तू अगे भी जाना वा मेनू पता भोगते भी जाना तेन सद्या नेंदे बड़े आए आ ढिड तेरा वध्या हलवाई मेनू कहता ना हुण ढिड दा करके हलवाई थोड़ी ऐदा पुलिस वालिया दे ढिड वध्यो हलवाई हो गए हुण बोल की कही आउणा गल आउंदी नहीं जा आपदा काम कर इधर माता बेचारी बालण तोड़ी जांदी आ चलो गाइस अई अंदाजे ना खंड पा लिया विच सीडा तो रजी लग गए थल्ले चंगी तरह साफ कर सफाई कर धोई फिर पागल हो गया है ना साफ फुल साफ साफ तो कितिया पर थोड़ा थोड़ा भी चंगी तरह करना कर कर कद्दूकश मिनट मार उधर अपना खोआ बन गया इधर आप कद्दूकस करके ट्रक पलट गया पेटियां चक के घरे लै गए चलो गैस गाजर तो अपनी हो गई कद्दूकस ठीक है कहते वेला कद्दूकस ही कहते हैं देसी घी देसी घ्यो ज्यादा नहीं पा लिया मम्मी उ नहीं तो सांभल के उरे पा के बाद च पुछी दा हुंदा मैनू तेरी नहीं समझ आउंदी ओए मेरी बात बस नहीं बीबी पा के बाद च कहंदी आ तैनू दीदा नहीं हुंदा बस मम्मी ओ भी बात ओदा दी ओए थोड़ी लोड़ आ देसी क्यों नहीं ए तो इत्थे बंजा ही हुंदा नहीं इन्ना खराब करता 1.5 किलो बीबी किलो एक खराब करता क्यों पहला पूछ लो तेन गाल पवा दिया चल बहुत आ
ਲੈ ਹੁਣ ਕਹਿੰਦੀ ਜਾਦੀਆਂ ਪਾਤੀਆਂ ਕੱਢ ਲਗੇ ਇਹ ਕੀ ਕਰਦੀ ਪਈ ਮੰਮੀ ਹੁਣ ਕਹਿੰਦੀ ਕੱਢ ਲਗੇ ਸਾਰਾ ਤੇਲ ਦੇ ਵਿੱਚ ਭੇਂਤੀਆਂ ਵਾ ਬੀਬੀ ਹੁਣ ਚੱਲ ਕੋਈ ਨੀ ਹੁਣ ਏਦਾਂ ਖਾ ਲਾਂਗੇ ਨਹੀਂ ਉਹ ਜੁੜ ਗਈਆਂ ਹੁਣ ਕਹਿੰਦੀ ਦੁਬਾਰਾ ਕਰ ਆ ਕੱਦੂਕਸ ਉਹ ਹੁਣ ਸੜ ਦੇਣੀਆਂ ਆਹੋ ਆ ਕਹਿੰਦੀ ਆ ਕਹਿੰਦੀ ਆ ਇਹ ਹੂੰ ਅਰੇ ਜੀ ਦੁਬਾਰਾ ਕਰਾਂ ਹਾਂ ਹਾਂ ਦੁਬਾਰਾ ਕਰਨੀ ਹੈ ਚਲੋ ਕਰੋ ਇਦਾਂ ਹੀ ਕਰੋ ਉਹਦੇ ਕਾ ਕੀ ਕੀ ਕਰਾਂ ਵੇਖੋ ਕੀ ਕੋਈ ਰੱਖਿਆ ਹੈ ਚਲੋ ਗਾਇਸ ਜਿਹੜਾ ਆਪਣਾ ਹੋਣਾ ਭੁੰਨ ਲਈਆਂ ਆਪਾਂ ਘਿਓ ਦੇ ਵਿੱਚ ਚੰਗੀ ਤਰ੍ਹਾਂ ਅਤੇ ਹੁਣ ਆਪਾਂ ਵਿੱਚ ਉਹਦੇ ਪਲਟਾਈਏ ਖੋਏ ਦੇ ਚਲੋ ਮੰਮੀ ਹੁਣ ਇਹ ਕਿੱਥੇ ਰੱਖੂਗੇ ਚੱਕੀ ਇਹਦੇ ਵਿੱਚ ਹੀ ਪਾਲ ਗਏ ਕਿ ਹਾਂ ਇਹ ਥੋੜ੍ਹਾ ਆ ਇਹਦੇ ਵਿੱਚ ਪਾ ਰੁਕ ਇਹਦੇ ਵਿੱਚ ਪਾ ਦੇ ਕਿਹਦੇ ਵਿੱਚ ਪਾ ਦੇ ਸਖਤ ਹੋ ਗਿਆ ਪੂਰਾ ਸਖਤ ਹਨਾ ਇਹ ਨਾ ਜੀ ਇੰਨੀਆਂ ਲਾ ਲਾ ਗਾਜਰਾਂ ਏਦਾਂ ਹੀ ਚਲੋ ਬਈ ਗਾਇਸ ਦੇਖੋ ਗਾਜਰਾਂ ਜ਼ਿਆਦੀਆਂ ਲੱਗਦਾ ਪਿਆ ਹਨਾ ਨਹੀਂ ਸਹੀ ਆ ਸਹੀ ਵਧੀਆ ਇੱਥੇ ਹੁਣ ਤੁਹਾਂ ਗਾਜਰਾਂ ਵੀ ਹੁੰਦੀਆਂ ਤੇ ਚਲੋ ਬਈ ਦੇਖੋ ਗਜਰੇਲਾ ਬਣ ਗਿਆ ਇਹਦੇ ਵਿੱਚ ਕੀ ਪਾਉਣਾ ਹੁਣ ਕਹਿੰਦੇ ਵਧੀਆ ਬਣਿਆ ਇਹਦੇ ਵਿੱਚ ਚਲੋ ਪਾ ਦੋ ਜ਼ਿਆਦਾ ਨਾ ਬਣੀ ਬਾਬਾ ਬਾਹੋ ਡੈਡੀ ਕਾਜੂ ਜਾਦੇ ਪਾਤੇ ਨਾਰਮਲ ਡੰਡ ਲਾਤੀ ਡੈਡੀ ਨਹੀਂ ਨਹੀਂ ਚੱਕ ਲੈ ਇਦਾਂ ਜਿੱਦਾਂ ਦਾ ਜਾਜ ਲਾ ਦਿਓ ਹੁਣ ਹੁਣ ਪਾਗਲ ਆ ਤੂੰ ਹੁਣ ਨਰ ਲਾ ਦੇ ਇਹਨੂੰ ਡੈਡੀ ਨੂੰ ਪਸੰਦ ਆ ਡੈਡੀ ਚਾਹ ਨਹੀਂ ਖਾਣੇ ਨਹੀਂ ਚੱਲ ਲੈ ਦੇ ਦੇ ਆਇਆ 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 ਕੱਕਾ ਆ ਜਾ ਯਾਰ ਮਾਨ ਨਹੀਂ ਆ ਜਾ ਚਲੋ ਜਾ ਲੈ ਕੇ ਆ ਕਬਲੀਆਂ ਲਿਆ ਕਰੇ ਕੀ ਬਣਾ ਲਈ ਸਕੀਨ ਨਹੀਂ ਹੁੰਦਾ ਪਿਆ ਡੈਡੀ ਵਧੀਆ ਲੱਗ ਰਿਹਾ ਨੇ ਕਿੰਨਾ ਸਵਾਦ ਲੱਗਾ ਇਹ ਵੇਖੀ ਹਾਂ ਵਧੀਆ ਬਣ ਗਿਆ ਬਈ ਸਾਰੇ ਖੁਸ਼ ਆ ਇੰਨਾ ਨਹੀਂ ਅੱਜ ਰੈਸਪੀ ਤੋਂ ਨਾ ਜ਼ਿਆਦਾ ਲੈਣਾ ਮਤਲਬ ਜ਼ਿਆਦਾ ਸਵਾਦ ਆ ਮੈਨੂੰ ਲੱਗ ਗਿਆ ਪਤਾ ਤੁਹਾਨੂੰ ਟੇਸਟ ਦੱਸਦੇ ਹਾਂ ਸਿਰਾ ਸਿਰਾ ਅਮੇਜ਼ਿੰਗ ਵਿਆਹ ਵਾਲਾ ਐਂਡ ਮੈਨੂੰ ਵੀ ਪਾ ਕੇ ਲਿਆ ਦੋ ਪਾ ਲਾ ਮੈਂ ਤਾਂ ਖਾਦਾ ਹੀ ਨਹੀਂ ਵਿੱਚ ਨਾ ਚਿੱਟਾ ਚਿੱਟਾ ਜਿਹਾ ਨਹੀਂ ਹੁੰਦਾ ਬਹੁਤ ਸਵਾਦ ਨਹੀਂ ਆਇਦਾ ਇਹ ਵਿਆਹਾਂ ਚ ਵੀ ਨਹੀਂ ਕਦੇ ਹੈ ਗੰਦ ਹੁੰਦਾ ਵਿਆਹਾਂ ਚ ਵੀ ਨਹੀਂ ਆਉਂਦਾ ਵਿਆਹਾਂ ਚ ਇਹ ਨਾ ਮੰਮੀ ਬੈਠ ਜਾ ਮੰਮੀ ਕਹਿੰਦੀ ਇਦਾਂ ਦਾ ਵਿਆਹਾਂ ਚ ਵੀ ਨਹੀਂ ਹੁੰਦਾ ਸਾਮ ਚ ਲੋ ਇਤਨਾ ਹੀ ਬਣ ਗਿਆ ਚੰਗਾ ਸ਼ਾਮ ਦਾ ਟਾਈਮ ਹੋ ਗਿਆ ਵਾ ਤੇ ਯਾਰ ਟੇਕ 3 ਚਲੋ ਗਾਇਸ ਸ਼ਾਮ ਦਾ ਟਾਈਮ ਹੋ ਗਿਆ ਤੇ ਘਰੇ ਨਾ ਆਪਣੇ ਕੌਣ ਆਇਆ ਚਲ ਮਨਾਉਣੇ ਤੁਹਾਨੂੰ ਵੀ ਤੇ ਮੇਰਾ ਦੋਸਤ ਆਇਆ ਵਾ ਅਤੇ ਅਸੀਂ ਜਿਵੇਂ ਇਕੱਠੇ ਪੜ੍ਹਦੇ ਹੁੰਦੇ ਸੀਗੇ ਸਕੂਲ ਟਾਈਮ ਅਤੇ ਯਾਰੀ ਇੰਨੀ ਪੈ ਗਈ ਬੜਾ ਵਧੀਆ ਜਿੱਦਾਂ ਹੁੰਦਾ ਨਾ ਆਪਣਾ ਯਾਰ ਜਿੱਦਾਂ ਕਿ ਰਿਸ਼ਤੇਦਾਰਾਂ ਤੋਂ ਵੱਧ ਦੋਸਤੀ ਦਾ ਹੈ ਨਾ ਪਿਆਰ ਉੱਭਰ ਕੇ ਆ ਜਾਂਦਾ ਵਾ ਅਤੇ ਇੱਦਾਂ ਹੀ ਹੋਇਆ ਅਤੇ ਹੁਣ ਅਤੇ ਨਾਲ ਉਹਨਾਂ ਦੇ ਡੈਡੀ ਆਏ ਅਤੇ ਨਾਲ ਲਵਪ੍ਰੀਤ ਆਇਆ ਵਾ ਉਹਦਾ ਨਾਮ ਵੀ ਲਵਪ੍ਰੀਤ ਮੇਰਾ ਵੀ ਨਾਮ ਲਵਪ੍ਰੀਤ ਅੰਦਰ ਬੈਠੇ 5 ਸਾਲਾਂ ਬਾਅਦ ਮਿਲਣ ਲੱਗੇ ਹਾਂ ਠੀਕ ਆ ਕਨੇਡਾ ਤੋਂ ਆਇਆ ਕਨੇਡਾ ਤੋਂ 5 ਸਾਲ ਬਾਅਦ ਤੁਹਾਡੇ ਨਾਲ ਮੁਲਾਕਾਤ ਕਰਾਉਣੇ ਆ ਫਿਰ ਕੱਲ੍ਹ ਪਰਸੋਂ ਨਾ ਆਪਾਂ ਚੱਲਾਂਗੇ ਇਹਨਾਂ ਦੇ ਘਰੇ ਵੀ ਚਲੋ ਜੀ ਆ ਹਾਂਜੀ ਲਵਪ੍ਰੀਤ ਕੀ ਹਾਲ ਵੀਰੇ ਵਧੀਆ ਵਧੀਆ ਹਾਂਜੀ 5 ਸਾਲਾਂ ਬਾਅਦ ਆਇਆ ਜੀ ਸਾਨੂੰ ਬਹੁਤ ਹੀ ਖੁਸ਼ੀ ਸਾਡਾ ਭਰਾ ਸਾਨੂੰ ਆ ਕੇ ਮਿਲਿਆ ਅਤੇ ਇੱਥੇ ਬੈਠੇ ਫਾਦਰ ਸਾਹਿਬ ਉਹਨਾਂ ਦੇ ਬੈਠੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਸਤਿ ਸ਼੍ਰੀ ਅਕਾਲ ਮੈਂ ਸਭ ਕੁਛ ਦੱਸ ਕੇ ਆਇਆ ਬਾਹਰ
ਕੱਠਿਆ ਨਹੀਂ ਬਹੁਤ ਹੀ ਬਾਹਰ ਤਾਂ ਕੀਤਾ ਇਹ ਵੀ ਦੱਸ ਨਾ ਕਿਉਂ ਬਾਹਰ ਕਵਰ ਕੀਤਾ ਉਹ ਬਾਹਰ ਤਾਂ ਕਵਰ ਕੀਤਾ ਕਿਉਂਕਿ ਇੱਥੇ ਕਈ ਵਾਰ ਨਾ ਗੱਲ ਨਹੀਂ ਆਉਂਦੀ ਤੇ ਮੈਂ ਦੋ ਤਿੰਨ ਟੇਕ ਲੈ ਕੇ ਆਇਆ ਇਕੱਠੇ ਤੇ ਸਭ ਤੋਂ ਜ਼ਿਆਦਾ ਕਲਾਸ ਚ ਹੁਸ਼ਿਆਰ ਕੌਣ ਹੁੰਦਾ ਸੀ ਲਵਪ੍ਰੀਤ ਪਹਿਲਾ ਰੋਲ ਨੰਬਰ ਦੇ ਹਿਸਾਬ ਤੇ ਹੁੰਦਾ ਸੀ ਦਿਲ ਕੌਣ ਹੁੰਦਾ ਸੀ ਤੂੰ ਓਏ ਇਹ ਵਾਰ ਵਾਰ ਦੱਸਣਾ ਨਹੀਂ ਨਹੀਂ ਪਹਿਲਾ ਰੋਲ ਨੰਬਰ ਇਹਦਾ ਸੀਗਾ ਨਿਤਿਸ਼ ਨੂੰ ਵੀ ਕੱਟਤਾ ਸੀ ਇਹਨੇ ਪਤਾ ਚਲੋ ਬਈ ਤੇ ਆਪਾਂ ਹੁਣ ਜਾਂ ਕੱਲ੍ਹ ਪਰਸੋਂ ਨੂੰ ਜੇ ਟਾਈਮ ਲੱਗਾ ਅਸੀਂ ਜ਼ਰੂਰ ਜਾਵਾਂਗੇ ਕਿਉਂਕਿ ਬੜਾ ਟਾਈਮ ਹੋ ਗਿਆ ਘੱਟੋ ਘੱਟ ਹੋ ਗਿਆ ਮੈਨੂੰ ਲੱਗਦਾ 2-3 ਸਾਲ ਤੋਂ 4-5 ਸਾਲ ਤਾਂ ਮੈਨੂੰ ਹੋ ਗਿਆ ਘਰੇ ਗਿਆ ਨੂੰ ਲਵਪ੍ਰੀਤ ਕੱਲ੍ਹ ਪਰਸੋਂ ਹੀ ਚਲੋ ਜੀ ਠੀਕ ਹੈ ਓਕੇ ਜੀ ਓਕੇ ਗਾਇਸ ਜੇ ਵਧੀਆ ਲੱਗਾ ਵਲੋਗ ਗੁਜਰੇਲੇ ਤੋਂ ਲੈ ਕੇ ਗੁਜਰੇਲਾ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਸਵਾਦ ਸੀਗਾ ਤੇ ਉਸ ਤੋਂ ਬਾਅਦ 'ਚ ਲਵਪ੍ਰੀਤ ਹੁਣੀ ਆਏ ਮੇਰਾ ਦੋਸਤ ਉਹ ਇੰਨਾ ਵਧੀਆ ਲੱਗਾ ਨਾ ਯਾਰ ਕੀ ਦੱਸਾਂ ਮਿਲ ਕੇ ਆਪਾਂ ਨੂੰ ਹੁੰਦਾ ਨਾ ਕਈ ਵਾਰੀ ਰੂਹ ਯਾਦ ਕਰਕੇ ਕੱਲ੍ਹ ਅਸੀਂ ਉਹਨਾਂ ਨੂੰ ਮਿਲ ਜਾਣਾ ਸ਼ਾਮ ਨੂੰ ਠੀਕ ਹੈ ਮਿਲਾਂਗੇ ਆਪਾਂ ਕੱਲ੍ਹ ਵਾਲੇ ਵਲੋਗ ਦੇ ਨਾਲ ਤਬ ਦੇ ਲਈ ਸਤਿ ਸ਼੍ਰੀ ਅਕਾਲ ਮਿਲਦੇ ਗਿਲਦੇ ਰਹਾਂਗੇ ਇੱਦਾਂ ਹੀ ਬਾਏ ਬਾਏ।